ਨਾਲੇ ਮੈਨੂੰ ਕੁਛ ਨਾ ਕੁਛ ਹੁਣ ਕਰਨਾ ਹੀ ਪੈਣਾ ਵਾ। ਇਦਾਂ ਨਹੀਂ ਕੰਮ ਸੁਤਰਾਉਣਾ। ਕੁੜੀ ਤੇ ਬੜੀ ਸੋਹਣੀ ਆ, ਮੈਨੂੰ ਤੇ ਬੜੀ ਪਸੰਦ ਆਈ ਆ। ਕੌਲ ਵੇਖ ਹਾਂ ਭਲਾ। ਹਾਂਜੀ ਮੰਮੀ, ਕੁੜੀ ਤੇ ਬਹੁਤ ਸੋਹਣੀ ਆ। ਮੰਮੀ ਇੱਕ ਵਾਰੀ ਪਿੰਦਰ ਨੂੰ ਵੀ ਪੁੱਛ ਲਈਏ ਉਹਦੀ ਕੀ ਸਲਾਹ ਏ। ਹਾਂ ਪੁੱਤ, ਪਿੰਦਰ ਆਉਂਦਾ ਤੇ ਉਹਨੂੰ ਵੀ ਪੁੱਛਣੇ ਆ ਉਹਦੀ ਕੀ ਸਲਾਹ ਵਾ। ਅਕਸਰ ਤੇ ਉਹਨੇ ਜ਼ਿੰਦਗੀ ਕੱਟਣੀ ਆ, ਮੈਨੂੰ ਤੇ ਕੁੜੀ ਪਸੰਦ ਆ, ਠੀਕ ਹੈ ਨਾ? ਜੇ ਉਹ ਪਸੰਦ ਕਰੇਗਾ ਤੇ ਫਿਰ ਹੀ ਗੱਲ ਅੱਗੇ ਤੋਰਾਂਗੇ। आहो कोई काम ही तां इत्थे तैनूं आवाज मारी आ। आ ले फड़ फोन ते फोटो वेख किद्दां दी लगण दी तैनूं। ਮੰਮੀ ਫੋਟੋ ਤਾਂ ਸੋਹਣੀ ਹੈ, ਪਰ ਤੁਸੀਂ ਕਿਉਂ ਮੈਨੂੰ ਪੁੱਛਣ ਡਏ ਹੋ? ਇਹ ਉਹੀ ਫੋਟੋ ਵਾ ਜਿਹੜੀ ਤਾਈ ਜੀ ਦੱਸ ਨਹੀਂ ਪਾਉਂਦੇ। ਹਾਂਜੀ ਤੇ ਇਹ ਉਹੀ ਫੋਟੋ ਵਾ, ਕਹਿੰਦੇ ਸੀ ਚੱਲ ਝਾਤੀ ਵੀ ਤੇ ਮਾਰਨੀ ਆ, ਪਹਿਲਾਂ ਇੱਕ ਦੂਜੇ ਦੀ ਫੋਟੋ ਵੇਖ ਲੈਣ ਤੇ ਮੈਂ ਤੇਰੀ ਫੋਟੋ ਵੀ ਪਾਤੀ ਆ। ਅੱਛਾ ਹਾਂ ਚਲੋ, ਹੈ ਤਾਂ ਠੀਕ ਆ, ਉਦਾਂ ਦੇ ਫੋਟੋ ਤਾਂ ਵਧੀਆ, ਪਰ ਆਪਾਂ ਇੱਕ ਵਾਰੀ ਜਾਵਾਂਗੇ ਤੇ ਫੇਰ ਹੀ ਹੈ ਨਾ। ਚੱਲ ਫਿਰ ਜਾ ਕੇ ਵੇਖ ਲਾਂਗੇ। ਇਹ ਵੀ ਬੰਦੇ ਦਾ ਪਤਾ ਲੱਗ ਜਾਂਦਾ ਕਿੱਦਾਂ ਦਾ ਨਹੀਂ, ਘਰ ਪਰਿਵਾਰ ਮੇਨ ਗੱਲ ਪਰਿਵਾਰ ਦੀ ਹੁੰਦੀ ਹੈ, ਸਾਡੇ ਜੀਆਂ ਚ ਰਲਦਾ ਜਾਂ ਨਹੀਂ। ਹਾਂ ਵੇਖ ਕੇ ਕਰਾਂਗੇ, ਤੇ ਬਾਕੀ ਗੱਲ ਮੈਂ ਸਾਰੀ ਤੇਰੇ ਤੇ ਸੁੱਟੀ ਆ, ਠੀਕ ਹੈ ਨਾ? ਅਕਸਰ ਤੂੰ ਹੀ ਬਾਹਰ ਅੰਦਰ ਜਾਣ ਵਾਲਾ। ਜਿੱਦਣ ਆਪਾਂ ਕੁੜੀ ਵੇਖਣ ਗਏ ਨਾ, ਜੇ ਤੇ ਮੈਨੂੰ ਕੁੜੀ ਆ ਗਈ ਪਸੰਦ ਤੇ ਮੈਂ ਉੱਥੇ ਸਾਰੀ ਗੱਲ ਮਕਾਉਣੀ ਆ। ਮੈਂ ਤੇ ਉਹਨਾਂ ਨੂੰ ਕਹਿਣਾ ਵਾ ਕਿ ਕੁੜੀ ਮੈਨੂੰ ਤਿੰਨ ਕੱਪੜਿਆਂ 'ਚ ਤੋਰ ਦਿਓ। ਤੈਨੂੰ ਤੇ ਮੇਰਾ ਪਤਾ ਹੀ ਆ ਕਿ ਮੈਂ ਦਾਜ ਦੇ ਸਖਤ ਖਿਲਾਫ਼ ਆ। ਮੈਂ ਤੇ ਕਹਿੰਦੀ ਹਾਂ ਨਾ ਹੀ ਦਾਜ ਦਿਓ ਤੇ ਨਾ ਹੀ ਦਾਜ ਲਓ। ਮੰਮੀ ਹਾਂ ਤੁਹਾਡੀ ਸੋਚ ਬਹੁਤ ਹੀ ਵਧੀਆ, ਮੈਂ ਤਾਂ ਨਾ ਸਾਰੀਆਂ ਮਾਵਾਂ ਤੁਹਾਡੇ ਵਰਗੀਆਂ ਹੋਣ। मासी दा फोन आना सी तेनू आया भला के नहीं? चलो कोई नी, तेरी भैन दा भी टाइम हो गया वा, आने वाली है, बस ओनू मैं आएगी ते पुछ लांगा। तैयारियां करो जान दी, ठीक है ना? बाय बाय। किथे जान दी तैयारियां करा? जा जाके मम्मी नूं पुछ, फिर गल करी करना। ਸੋਹਣਾ ਲੱਗਣਾ
ਸੋਹਣਾ ਹੈ ਪਹਿਲਾਂ ਤਾਂ ਕਦੇ ਵੇਖਿਆ ਨਹੀਂ ਹੈ ਸੋਹਣਾ ਲੱਗਣਾ ਸੋਹਣਾ ਹੈ ਆ ਉਹੀ ਹੈ ਜਿਹਦੀ ਮਾਸੀ ਨੇ ਫੋਟੋ ਪਾਈ ਤੇਰਾ ਇਹਦੇ ਨਾਲ ਰਿਸ਼ਤਾ ਬਣਾਈ ਹੁਣ ਅੱਛਾ ਠੀਕ ਆ ਜਾ ਯਾਰ ਉਹ ਵੇਖ ਤਾਂ ਐਵੇਂ ਨਾ ਮੈਨੂੰ ਹੁਣ ਸਤਾਈ ਜਾ ਉਹ ਚੱਲ ਕੋਈ ਨਹੀਂ ਯਾਰ ਆਲਾ ਹਾਰਡ ਰਿਮੋਟ ਹੈ ਤੇ ਵੇਖ ਚਾਰ ਦਿਨ ਰਹੀ ਨਾ ਲੈ ਲੈ ਅੱਛਾ ਜਿੰਨੀਆਂ ਲਈ ਜਾਣੀਆਂ ਬਾਅਦ ਚ ਤੇਰਾ ਟਾਟਾ ਬਾਏ ਬਾਏ ਹੋ ਜਾਣਾ ਆ ਘਰ ਚ ਤੂੰ ਤੇ ਇਹੋ ਹੀ ਚਾਹਨਾ ਕਿਹੜਾ ਵਾਲਾ ਹੋਵੇ ਤੇ ਘਰ ਚੋਂ ਨਿਕਲੇ ਮੈਂ ਤਾਂ ਨਾ ਜੇ ਕੱਢੋ ਇਹਨੂੰ ਮੰਮੀ ਉਹਨਾਂ ਨੂੰ ਆਖੇ ਪਰ ਉਹ ਹੀ ਨਹੀਂ ਮੰਨੇ ਅੰਦਰ ਰੀ ਨਾ ਕਰਨਾ ਵਿਆਹ ਕੁੜੀ ਦਾ ਕੋਈ ਨਹੀਂ ਤੇਰੀ ਇਹ ਵੀ ਰੀਚ ਲੱਥ ਜਾਣੀ ਆ ਫਿਰ ਜਦੋਂ ਮੇਰਾ ਚੇਤਾ ਆਇਆ ਕਰੂਗਾ ਨਾ ਫਿਰ ਕਹੀਂ ਹੈ ਪੈਣ ਮੈਨੂੰ ਮੇਰੇ ਨਾਲ ਮੈਂ ਵੀ ਨਹੀਂ ਆਇਆ ਕਰਨਾ ਮਤਲਬ ਤੂੰ ਵਿਆਹ ਨੂੰ ਮੰਨ ਗਈ ਹੈ ਚੰਗਾ ਯਾਰ ਆਲੇ ਫੜ ਰਿਮੋਟ ਸਿਰ ਮਤਲਬ ਤੇਰੀ ਹਾਂ ਵਾ ਮੰਮੀ ਵੇਖ ਲੋ ਇਹਦੇ ਕੰਮ ਮੈਨੂੰ ਪਾਣੀ ਵੀ ਨਹੀਂ ਪੀਣ ਦਿੱਤਾ ਤੇ ਆਉਂਦਿਆਂ ਮੇਰੇ ਨਾਲ ਲੜਨ ਲੱਗ ਪਿਆ ਵਾ ਚਲ ਪੁੱਤ ਕੋਈ ਗੱਲ ਨਹੀਂ ਤੇਰਾ ਨਿੱਕਾ ਵੀਰ ਹੈ ਕੋਈ ਨਹੀਂ ਤੂੰ ਵੱਡੀ ਭੈਣ ਕੋਈ ਗੱਲ ਨਹੀਂ ਪੁੱਤ ਨਾ ਵਾ ਪੁੱਤ ਤੇਰੀ ਮਾਸੀ ਨੇ ਇੱਕ ਫੋਟੋ ਪਾਈ ਸੀ ਇੱਕ ਮੁੰਡੇ ਦੀ ਭਲਾ ਤੂੰ ਵੇਖੀ ਆ ਹਾਂ ਮੰਮੀ ਮੈਂ ਵੇਖੀ ਆ ਉਸੇ ਤੋਂ ਤੇ ਮੈਨੂੰ ਸਤਾਉਂਦਿਆ ਆਉਂਦਿਆਂ ਹੀ ਫਿਰ ਮੁੰਡਾ ਕਿਦਾਂ ਦਾ ਲੱਗਾ ਤੈਨੂੰ ਮੰਮੀ ਮੁੰਡਾ ਤੇ ਠੀਕ ਆ ਬਾਕੀ ਅੱਗੋਂ ਤੁਹਾਡੀ ਮਰਜ਼ੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਉਦਾਂ ਹੀ ਕਰ ਲਿਓ ਚੱਲ ਪੁੱਤ ਠੀਕ ਆ ਤੇ ਉਹਨਾਂ ਨੇ ਨਾ ਐਤਵਾਰ ਆਉਣਾ ਵਾ ਅਸੀਂ ਤਾਂ ਪੁੱਤ ਜਾਣਾ ਹੀ ਹੈ ਸ਼ਹਿਰ ਤੇ ਜੇ ਤੂੰ ਕੋਈ ਆਪਣੀ ਚੀਜ਼ ਮੰਗਾਉਣੀ ਹੈ ਜੇ ਵੀਰ ਨਾਲ ਜਾ ਸਕਣੀ ਹੈ ਤਾਂ ਉਹਦੇ ਨਾਲ ਤੁਰ ਜਾ ਜੇ ਨਹੀਂ ਤਾਂ ਫਿਰ ਅਸੀਂ ਲੈ ਆਵਾਂ ਨਹੀਂ ਮੰਮੀ ਕੋਈ ਗੱਲ ਨਹੀਂ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਗੀ ਨਾ ਮੈਂ ਤੁਹਾਨੂੰ ਦੱਸ ਦੇਵਾਂਗੀ ਅੱਬਲ ਤੇ ਮੇਰੇ ਤੋਂ ਹੈ ਹੀ ਆ ਸਾਰਾ ਕੁਝ ਚਲੋ ਠੀਕ ਆ ਪੁੱਤ ਜਿੱਦਾਂ ਤੂੰ ਕਹੇਂਗੀ ਠੀਕ ਨਾ ਵਾ ਸਾਰੀਆਂ ਗੱਲਾਂ ਛੱਡ ਪੁੱਤ ਤੂੰ ਅੱਜ ਲੇਟ ਕਿਉਂ ਆਈ ਹੈ ਮੰਮੀ ਬਸ ਅੱਜ ਬੜੀ ਲੇਟ ਹੋ ਗਈ ਸੀ ਤੇ ਮੈਂ ਤਾਂ ਲੇਟ ਆਈ ਹਾਂ ਤੇ ਜੇ ਮੈਂ ਸੈਲ ਨੂੰ ਕਿਹਾ ਮੈਨੂੰ ਐਕਟਿਵਾ ਦੀ ਜਾਂਚ ਸਿਖਾ ਦੇ ਇਹ ਤਾਂ ਨਹੀਂ ਮੈਨੂੰ ਸਿਖਾਉਂਦਾ ਨਹੀਂ ਤੈਨੂੰ ਕਿਹਾ ਕਰੋ ਹਾਂ ਮੈਨੂੰ ਲੈ ਹੀ ਆਇਆ ਕਰੇ ਇੰਨੀ ਦੁਪਹਿਰ ਲੱਗੀ ਹੁੰਦੀ ਆ ਇੰਨਾ ਪਸੀਨਾ ਆਉਂਦਾ ਨਾ ਮੈਂ ਥੱਕ ਜਾਂਦੀ ਤੁਰੀ ਆਉਂਦੀ ਉੱਥੋਂ ਤੇਰੇ ਅੱਗੇ ਅੱਗੇ ਨਾ ਵਾ ਜੇ ਆਇਆ ਵਾ ਮੈਂ ਤਾਂ ਅਜੇ ਆਖਣ ਹੀ ਡਈ ਹਾਂ ਵੀ ਭੈਣ ਨੂੰ ਲੈ ਕੇ ਤੇ ਆਉਂ ਦੋ ਉਹ ਲੇਟ ਹੋ ਗਈ ਆ ਗਈ ਠੀਕ ਹੈ ਮੰਮੀ ਇਹ ਨਹੀਂ ਨਾ ਪਰ ਇਹਨਾਂ ਸਮਝਦਾ ਕਰ ਲਈ ਫਿਰ ਗੱਲ ਮੰਮੀ ਕਰਨੀ ਤਾਂ ਫਿਰ ਹੈ ਸੀ ਉਹ ਵਿਚਾਰੀ ਹੁਣ ਲੇਟ ਹੋ ਗਈ ਆ ਗਈ ਮੰਮੀ ਮੰਨ ਗਈ ਅੱਗੇ ਹੱਸਣ ਦੀ ਹੁਣ ਆਪਾਂ ਵੀ ਲੀੜਾ ਕੱਪੜਾ ਲਿਆਈਏ ਤੇ ਕਰੀਏ ਤਿਆਰੀਆਂ ਵਿਆਹ ਦੀਆਂ ਲੈ ਪੁੱਤ ਤੇਰਾ ਲੀੜਾ ਕੱਪੜਾ ਬਣ ਜਾਏਗਾ ਬਾਅਦ ਵਿੱਚ ਜੇ ਉਹਨਾਂ ਨੇ ਐਤਵਾਰ ਆਉਣਾ ਵਾ ਉਹਨਾਂ ਦੀ ਕੀ ਪਤਾ ਹੈ ਜੇ ਕੋਈ ਕੀ ਪਸੰਦ ਆਉਣੀ ਤੇ ਕੀ ਨਹੀਂ ਆਉਣੀ ਹੈਗੀ ਕੁੜੀ ਨੇ ਮੁੰਡੇ ਨੂੰ ਪਸੰਦ ਕਰ ਲਿਆ ਵਾ ਹੱਸਣ ਦੀ ਮੈਂ ਆਪ ਵੇਖਿਆ ਤੇ ਮੁੰਡੇ ਨੂੰ ਵੀ ਕੁੜੀ ਆ ਗਈ ਹੋਣੀ ਪਸੰਦ ਮੈਂ ਤਾਂ ਕਰਾਂ ਤਿਆਰੀਆਂ ਲਿਆਵਾਂ ਕੱਪੜਾ ਲੀੜਾ ਚੱਲ ਪੁੱਤ ਤੂੰ ਬਾਅਦ ਚ ਲੈ ਵੀ ਪਹਿਲਾਂ ਐਤਵਾਰ ਉਹਨਾਂ ਨੇ ਆਉਣਾ ਉਹਨਾਂ ਨੂੰ ਵੇਖ ਲੈਂਦੇ ਮੈਨੂੰ ਲੱਗਾ ਕਿਤੇ ਜਾਣਾ ਤੇ ਮੈਨੂੰ ਪਤਾ ਵੀ ਨਾ ਹੋਵੇ ਮੈਂ ਤਾਂ ਕਰਕੇ ਪੁੱਛਣ ਡਿਆ ਹਾਂ ਜੇ ਮੈਂ ਜਾਣਾ ਹੁੰਦਾ ਤੁਹਾਨੂੰ ਦੱਸਣਾ ਸੀ ਨਾਲੇ ਤੁਹਾਨੂੰ ਪਤਾ ਹੋਣਾ ਸੀ ਫੇਰ ਹੀ ਮੈਂ ਜਾਣਾ ਆਪਣੇ ਆਪ ਥੋੜੀ ਨਾ ਕਿਤੇ ਜਾਣ ਵਾਸਤੇ ਤਿਆਰ ਹੋ ਜਾਣਾ ਪਰ ਮੈਨੂੰ ਤਾਂ ਨਹੀਂ ਨਾ ਇਹ ਗੱਲ ਦਾ ਪਤਾ ਮੈਂ ਤਾਂ ਕਰਕੇ ਪੁੱਛਣ ਡਿਆ ਹਾਂ ਅੱਛਾ ਚਲੋ ਕੋਈ ਗੱਲ ਨਹੀਂ ਇਹ ਦੱਸ ਵੀ ਤੈਨੂੰ ਸਾਡੇ ਜੀ ਕਿਦਾਂ ਦੇ ਲੱਗੇ ਸਾਰੇ ਜੀ ਤੇ ਸਾਰੇ ਬੜੇ ਵਧੀਆ ਵਾ ਪਰ ਮੈਨੂੰ ਸਨਮ ਬੜੀ ਪਿਆਰੀ ਲੱਗੀ ਆ ਬੜੀਆਂ ਸੋਹਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਟੁੱਪ ਟੁੱਪ ਕਰਦੀ ਰਹਿੰਦੀ ਜਦੋਂ ਸਕੂਲੋਂ ਆ ਜਾਂਦੀ ਆ ਉਹ ਤੇ ਨਾ ਧਰਮ ਨਾਲ ਜੀ ਲਾਈ ਰੱਖਦੀ ਏ ਮੈਂ ਆਪ ਜਦੋਂ ਸੋਚਦੀ ਹਾਂ ਮੇਰਾ ਵਿਆਹ ਹੋਇਆ ਸੀ ਨਵਾਂ ਨਵਾਂ ਮੈਂ ਨਹੀਂ ਨਹੀਂ ਮੇਰਾ ਜੀ ਨਹੀਂ ਲੱਗਣਾ ਪਰ ਉਹਨੇ ਜੀ ਲਾ ਛੱਡਿਆ ਮੇਰਾ ਚਾਚੀ ਜੀ ਤੁਸੀਂ ਕੀ ਕਿਹਾ ਮੈਂ ਤੇਰੀ ਪੌਣੀ ਲੈ ਕੇ ਦਊਂਗੀ ਪੁੱਤ ਮੈਂ ਸੋਚਿਆ ਗਰਮੀ ਬੜੀ ਹੈ ਤੇ ਚੱਲ ਜੂੜਾ ਹੀ ਕਰ ਦਿੰਦੀ ਹਾਂ ਸਾਰਾ ਦਿਨ ਕਿੱਥੇ ਵਾਲ ਖਿਲਾਰੀ ਫਿਰੇਂਗੀ ਚੱਲ ਆ ਜਾ ਇੱਥੇ ਦਿੰਦੇ ਹਾਂ ਚਾਚੀ ਤੁਹਾਡਾ ਚੂੜਾ ਕਿੰਨਾ ਸੋਹਣਾ ਵਾ ਚੱਲ ਕੋਈ ਨਹੀਂ ਜਦੋਂ ਤੇਰਾ ਵੀ ਵਿਆਹ ਹੋਊਗਾ ਨਾ ਤੈਨੂੰ ਵੀ ਸੋਹਣਾ ਜਿਹਾ ਚੂੜਾ ਪਾਵਾਂਗੇ ਹਾਲੇ ਤੂੰ ਛੋਟੀ ਆ ਨਾ ਜਦੋਂ ਵੱਡੀ ਹੋਏਗੀ ਫਿਰ ਠੀਕ ਆ ਉਹ ਨਿਆਣੇ ਜੀ ਲਾ ਹੀ ਦਿੰਦੇ ਆ ਉਹ ਗੱਲਾਂ ਹੀ ਇਦਾਂ ਦੀਆਂ ਕਰਦੇ ਨੇ ਕਿ ਬੰਦੇ ਨੂੰ ਭਰਮਾ ਲੈਂਦੇ ਆ ਹਾਂ ਉਹ ਤੁਹਾਡੀ ਗੱਲ ਤੇ ਠੀਕ ਆ ਹਨਾ ਹਾਂਜੀ ਚੱਲ ਇਹ ਛੱਡ ਹੁਣ ਗੱਲਾਂ ਤੂੰ ਇਹ ਦੱਸ ਵੀ ਤੈਨੂੰ ਇੱਥੇ ਹੁਣ ਕਿੱਦਾਂ ਦਾ ਲੱਗਣ ਡਿਆ ਰਹਿਣ ਚ
ਮੈਨੂੰ ਵਧੀਆ ਲੱਗਣ ਦਿਆ ਵਾ। ਅੱਛਾ ਹਾਂਜੀ, ਅਸੀਂ ਹੁਣ ਸਾਰਾ ਪਰਿਵਾਰ ਇਕੱਠਾ ਰਹਿੰਦੇ ਹਾਂ। ਹਾਂਜੀ ਤੈਨੂੰ ਵੀ ਪਤਾ ਹੀ ਹੋਣਾ, ਹੁਣ ਤੈਨੂੰ 10 ਦਿਨ ਹੋ ਗਏ ਆਈ ਨੂੰ। ਹਾਂ ਠੀਕ ਆ ਕਿ ਨਹੀਂ? ਪਤਾ ਮੈਨੂੰ ਆਪਾਂ ਗਾਂ ਵੀ ਇਦਾਂ ਹੀ ਰਹਿਣਾ। ਠੀਕ ਆ, ਤੇ ਪਰ ਪਿੰਦਰ ਮੈਂ ਇੱਕ ਗੱਲ ਨੋਟਿਸ ਕੀਤੀ ਆ, ਭਾਬੀ ਹੁਣੀ ਜਿਹੜੀਆਂ ਤੇ ਮੰਮੀ ਵਿਚਾਰੇ ਸਾਰਾ ਦਿਨ ਕੰਮ ਕਰਦੇ ਰਹਿੰਦੇ ਆ। ਸਵੇਰ ਦੀ ਰੋਟੀ ਪਕਾਈ ਤੇ ਦੁਪਹਿਰ ਦਾ ਵੇਲਾ ਹੋ ਜਾਂਦਾ ਵਾ, ਦੁਪਹਿਰ ਦੀ ਪਕਾਉਂਦੇ ਤੇ ਸ਼ਾਮ ਦਾ ਵੇਲਾ ਹੋ ਜਾਂਦਾ ਵਾ, ਤੇ ਇੰਨਾ ਵੱਡਾ ਵਿਹੜਾ ਵਾ, ਤੇ ਝਾੜੂ ਲਾਉਂਦਿਆਂ ਵੀ ਥੱਕ ਜਾਂਦੇ ਆ, ਫਿਰ ਪੋਚੇ ਲਾਉਣੇ, 100 ਘਰ ਦੇ ਕੰਮ ਹੁੰਦੇ ਆ। ਮੈਂ ਤੇ ਕਹਿੰਦੀ ਕੋਈ ਕੰਮ ਵਾਲੀ ਰੱਖ ਲੈਣ। ਹਾਂ ਓਹੋ, ਉਹ ਜੋ ਕੰਮ ਆਪ ਕਰਨ 'ਚ ਮਜ਼ਾ ਹੈ ਨਾ, ਉਹ ਕਿਸੇ ਕੋਲ ਕਰਾਇਆ ਮਜ਼ਾ ਨਹੀਂ ਆਉਂਦਾ। ਪਰ ਇੰਨੀ ਗਰਮੀ ਵਿੱਚ ਮੈਨੂੰ ਤਾਂ ਉਹਨਾਂ ਵੱਲ ਵੇਖ ਕੇ ਹੋਰ ਤਰ੍ਹਾਂ ਹੁੰਦਾ ਵਾ, ਮੇਰੇ ਤੋਂ ਤਾਂ ਭਾਵੇਂ ਇੰਨਾ ਕੰਮ ਹੋਏ ਨਾ। ਕੋਈ ਗੱਲ ਨਹੀਂ, ਤੇਰੇ ਕੋਲ ਜਿੰਨਾ ਹੋਏਗਾ ਨਾ ਓਨਾ ਕਰ ਲਈ, ਪਰ ਨਾ ਨਹੀਂ ਕਰਨੀ, ਠੀਕ ਹੈ ਨਾ? ਚਲੋ ਵੇਖ ਲਾਂਗੀ, ਜਿੰਨਾ ਹੋਏਗਾ ਕਰ ਲਾਂਗੀ। ਤੇ ਬਾਕੀ ਇਹ ਕੰਮ ਕਿੰਨਾ ਕੁ ਹੈ? ਭਾਬੀ ਤੇ ਮੰਮੀ ਦੋ ਜਾਣੀਆਂ, ਤੇ ਦੋ ਜਾਣੇ ਅਸੀਂ, ਹੈ ਨਾ? ਕੰਮ ਕਿੰਨਾ ਕਿੰਨਾ ਇਹਨਾਂ ਨੂੰ ਆਉਂਦਾ ਸੀ। ਹੁਣ ਮੰਨ ਲਾ ਤੂੰ ਵੀ ਆ ਗਈ ਹੈ, ਤੁਸੀਂ ਰਲ ਮਿਲ ਕੇ ਆਪਣਾ ਕੰਮ ਕਰ ਲੈਣਾ ਕਰਨਾ। ਸਵੇਰੇ ਸਵੇਰੇ ਟਾਈਮ ਨਾਲ ਠੰਡੇ ਠੰਡੇ ਕੰਮ ਕੀਤਾ, ਆਰਾਮ ਨਾਲ ਆਪਣੇ ਕਮਰਿਆਂ 'ਚ, ਬੜੇ ਏਸੀ ਲੱਗੇ ਨੇ, ਕੋਈ ਤੰਗੀ ਹੈ ਨਹੀਂ ਗੀ। ਉਹ ਤਾਂ ਤੁਹਾਡੀ ਗੱਲ ਠੀਕ ਆ, ਪਰ ਟਾਈਮ ਨਾਲ ਕੰਮ ਨਹੀਂ ਨਾ ਮੁੱਕਦਾ। ਕੋਈ ਇੱਧਰੋਂ ਆ ਗਿਆ ਚਾਹ ਦੇ ਦਿਓ, ਕੋਈ ਇੱਧਰੋਂ ਆ ਗਿਆ ਪਾਣੀ ਫੜਾ ਦਿਓ, ਫਿਰ ਤੁਹਾਨੂੰ ਪਤਾ ਹੀ ਆ ਇੱਦਾਂ ਹੀ ਸਾਰੀ ਦਿਹਾੜੀ ਲੰਘ ਜਾਂਦੀ ਆ। ਮੈਨੂੰ ਤਾਂ ਉਹਨਾਂ ਵੱਲ ਵੇਖ ਵੇਖ ਕੇ ਹੀ ਹੋਰ ਤਰ੍ਹਾਂ ਹੋ ਆਉਂਦਿਆ ਵਾ, ਉੱਤੋਂ ਗੋਡੇ ਗੋਡੇ ਗਰਮੀ ਆ। ਤੈਨੂੰ ਪਤਾ ਜਦੋਂ ਫਿਰ ਸਾਂਝਾ ਪਰਿਵਾਰ ਹੋਏ ਨਾ, ਇੱਦਾਂ ਦੇ ਫਿਰ ਕੰਮ ਕਰਨੇ ਪੈਂਦੇ ਆ, ਹਨਾ? ਪਰ ਇਹ ਹੈ ਫਾਇਦਾ ਬੜਾ ਹੈ ਪਰਿਵਾਰ ਸਾਂਝੇ ਦਾ। ਠੀਕ, ਕੰਮ ਜਿਹੜਾ ਨਾ ਕੋਈ ਵੀ ਹੋਵੇ, ਐਂ ਅੱਗੇ ਲਾ ਕੇ ਭੱਜੀ ਜਾਂਦੇ ਆ। ਮੰਨ ਲਾ ਆਪਾਂ ਕਿਤੇ ਜਾਣਾ ਹੈ, ਹਨਾ? ਹੁਣ ਜੇ ਆਪਾਂ ਇਕੱਲੇ ਹੋਵਾਂਗੇ, ਕਿਸੇ ਨੂੰ ਘਰ ਛੱਡ ਕੇ ਜਾਵਾਂਗੇ, ਆਉਣਾ ਕਿਹਨੇ? ਕਿਸੇ ਨੂੰ ਨਹੀਂ, ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ। ਜੇ ਹੁਣ ਆਪਾਂ ਇਕੱਠੇ ਹਾਂ, ਆਪਾਂ ਕਿਤੇ 10 ਦਿਨ ਜਾ ਸਕਦੇ ਹਾਂ, ਅਤੇ ਦੂਜੇ ਵੀ ਜਾ ਸਕਦੇ, ਆਪਾਂ ਇੱਥੇ ਰਵਾਂਗੇ। ਉਹ ਤੁਹਾਡੀ ਗੱਲ ਠੀਕ ਆ, ਪਰ ਮੈਨੂੰ ਨਾ ਪਰਿਵਾਰ ਥੋੜ੍ਹਾ ਜ਼ਿਆਦਾ ਹੀ ਵੱਡਾ ਲੱਗਣ ਦਿਆ ਵਾ। ਨਵਦੀਪ, ਇੱਦਾਂ ਦੀ ਨਾ ਗੱਲ ਕਰ, ਇਹੋ ਜਿਹਾ ਪਰਿਵਾਰ ਕਰਮਾਂ ਵਾਲਿਆਂ ਨੂੰ ਮਿਲਦਾ ਵਾ, ਜਿਹੜਾ ਵੱਡਾ ਪਰਿਵਾਰ ਹੁੰਦਾ ਹੈ। ਠੀਕ ਆ, ਪਰ ਮੇਰੇ ਤੋਂ ਇੰਨਾ ਕੰਮ ਨਹੀਂ ਜੀ ਹੋਇਆ ਕਰਨਾ। ਮੈਨੂੰ ਮੁੜ ਕੇ ਕਿਹਾ ਨਾ ਕਰਿਓ ਵੀ ਤੇਰੇ ਤੋਂ ਕੰਮ ਨਹੀਂ ਹੁੰਦਾ। ਮੈਂ ਮਗਰੋਂ ਤੁਹਾਨੂੰ ਪਤਾ ਸੀ 3 ਜੀ ਹਾਂ, ਇੱਕ ਕੱਪ ਚਾਹ ਦਾ ਬਣਾਈ ਹੈ ਤੇ ਸਾਡੇ ਸਾਰੇ ਜਾਣਿਆਂ ਨੂੰ ਪੂਰਾ ਆ ਜਾਂਦਾ ਹੈ। ਉਹ ਬਾਬਾ, ਕੋਈ ਪਤੀਲਾ ਭਰ ਕੇ ਚਾਹ ਬਣਾਉਣੀ ਪੈਂਦੀ ਹੈ। ਬਾਬਾ ਕੋਈ ਗੱਲ ਨਹੀਂ, ਤੂੰ ਪੜ੍ਹੀ ਲਿਖੀ ਹੈਗੀ ਹੈ, ਤੈਨੂੰ ਮੈਂ ਕਿਤੇ ਨਾ ਕਿਤੇ ਜੌਬ ਦਵਾ ਦੇਣਾ, ਠੀਕ ਹੈ? ਹਾਂਜੀ ਇਹ ਠੀਕ ਹੈ, ਆਪਾਂ ਕੰਮ ਕਰਨਾ ਕਰਾਂਗੇ, ਠੀਕ, ਤੇ 4 ਪੈਸੇ ਘਰੇ ਆਉਣ ਕਰਨਗੇ। ਮੈਂ ਤਾਂ ਕਮਾਉਂਦਾ ਹੀ ਹਾਂ, ਤੇ ਤੂੰ ਵੀ ਲੱਗ ਜੇ ਕਿਸੇ ਨਾ ਕਿਸੇ ਬੰਨੇ, ਜਿਹੜਾ ਮਾੜਾ ਮੋਟਾ ਕੰਮ ਹੋਇਆ ਆਣ ਕੇ ਘਰੇ ਕਰ ਲਿਆ, ਜਿੰਨਾ ਵੀ ਤੇਰੇ ਕੋਲ ਹੋ ਸਕਿਆ, ਠੀਕ, ਫਿਰ ਤਾਂ ਖੁਸ਼ ਹੈ ਨਾ? ਤੇ ਜੇ ਹੋਰ ਕੋਈ ਗੱਲ ਹੈਗੀ ਮੈਨੂੰ ਦੱਸ ਦੇ। ਨਹੀਂ ਨਹੀਂ ਹੋਰ ਕੋਈ ਗੱਲ ਨਹੀਂ, ਇਹੋ ਗੱਲ ਸੀ ਤੇ ਮੈਂ ਕਿਹਾ ਚੱਲ ਤੁਹਾਡੇ ਨਾਲ ਕਰ। ਮੈਂ ਅੱਜ ਬੜੀ ਖੁਸ਼ ਹਾਂ, ਮੇਰੀਆਂ ਧੀਆਂ ਦੋਵੇਂ ਇੱਦਾਂ ਹੀ ਰਲ ਕੇ ਰਿਹਾ ਕਰੋ, ਇੱਦਾਂ ਹੀ ਖੁਸ਼ ਖੁਸ਼ ਰਿਹਾ ਕਰੋ, ਦੋਵੇਂ ਰਲ ਮਿਲ ਕੇ ਨਾ ਹੁਣ ਕੰਮ ਕਰਿਆ ਕਰੋ ਤੇ ਮੈਨੂੰ ਹੁਣ ਛੁੱਟੀ ਦਿਓ, ਠੀਕ ਹੈ? ਲਖਵਿੰਦਰ ਤੇ ਪਿੰਦਰ ਵਿਹੜੇ 'ਚ ਬੈਠੇ ਨੇ ਤੇ ਨਾ ਤੂੰ ਹੁਣ ਇੱਦਾਂ ਕਰ, ਵਧੀਆ ਜੀ ਚਾਹ ਬਣਾ ਕੇ ਲਿਆ ਤੇ ਆਪਾਂ ਸਾਰੇ ਹੀ ਜਾਣੇ ਵਿਹੜੇ 'ਚ ਬਹਿ ਕੇ ਪੀਂਦੇ ਹਾਂ। ਆਪ ਵੇਖਾਂ ਕਿੱਦਾਂ ਏਸੀ ਵਾਲੇ ਅੰਦਰ ਬੈਠੇ ਆ ਤੇ ਮੈਨੂੰ ਕਹਿੰਦੇ ਚਾਹ ਬਣਾ ਕੇ ਲਿਆ, ਇਹੋ ਜਿਹੇ ਸਾਰੇ ਜਣੇ ਰਲ ਕੇ ਬਾਹਰ ਬਹਿ ਕੇ ਪੀਂਦੇ ਆ, ਤੇ ਜੇ ਇਹੀ ਕੰਮ ਰਿਹਾ ਨਾ ਮੈਂ ਤੇ ਗਰਮੀ ਦੇ ਵਿੱਚ ਰੁੱਲ ਜਾਂਗੀ, ਨਾਲੇ ਮੈਨੂੰ ਕੁਛ ਨਾ ਕੁਛ ਹੁਣ ਕਰਨਾ ਹੀ ਪੈਣਾ ਵਾ, ਇੱਦਾਂ ਨੀ ਕੰਮ ਸੁੱਤਰ ਆਉਣਾ।